ਸੰਤਕੀ ਸੰਗਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਗੌਰਵਗਕ ਸ਼ੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ। ਆਓ ਆਤਮ ਦਰਸ਼ਨ ਕਰਵਾਉਂਦੇ ਹਾਂ ਬਹੁਤ ਹੀ ਪਵਿੱਤਰ ਅਸਥਾਨ ਡੇਰਾ ਸਮਾਧ ਬਾਬਾ ਜਗਰੂਪ ਦਾਸ ਜੀ, ਪਿੰਡ ਲਾੜਪੁਰ, ਤਹਿਸੀਲ ਅਮਲੋਹ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ, ਜਿੱਥੋਂ ਦੇ ਗੱਦੀ ਨਸ਼ੀਨ ਬ੍ਰਹਮਲੀਨ ਮਹੰਤ ਸੁਲਿੰਦਰ ਦਾਸ ਜੀ ਮਹਾਰਾਜ, ਚੇਲਾ ਸੁਰਜੀਤ ਦਾਸ ਜੀ 12 ਜੁਲਾਈ ਨੂੰ ਬ੍ਰਹਮਲੀਨ ਹੋ ਗਏ ਸਨ। ਉਹਨਾਂ ਨਿਮਿੱਤ ਰੱਖੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਬਾਬਾ ਅਮਰਦਾਸ ਜੀ, ਪਿੰਡ ਲਾੜਪੁਰ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਇਆ। ਮਹੰਤ ਤਕਦੀਰ ਦਾਸ ਜੀ ਦੇਖ ਰੇਖ ਹੇਠ ਹੋਏ ਸਮਾਗਮਾਂ ਮੌਕੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ। ਸੰਤ ਬਾਬਾ ਦਲਜੀਤ ਸਿੰਘ ਜੀ ਰੌਣੀ ਵਾਲਿਆਂ ਨੇ ਲੰਬਾ ਸਮਾਂ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ। ਇਹਨਾਂ ਸਮਾਗਮਾਂ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਪੁੱਜੇ, ਉੱਥੇ ਸੰਗਤਾਂ ਨੇ ਵੀ ਹਾਜ਼ਰੀਆਂ ਭਰੀਆਂ।
ਭਾਈ ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਅਤਿ ਜ਼ਰੂਰੀ ਨੇ, ਗੁਰਬਾਣੀ ਪੜ੍ਹਨੀ ਅਤਿ ਜ਼ਰੂਰੀ ਹੈ, ਨਾਮ ਜਪਣਾ ਅਤਿ ਜ਼ਰੂਰੀ ਹੈ। ਦਿਲ ਨੂੰ ਕੰਮ ਕਰ ਕਰੋ, ਮਹਾਰਾਜ ਨੇ ਰੋਕੇ ਨਹੀਂ ਜਦੋਂ ਮਾਰਗ, ਦਿਲ ਨੂੰ ਆਪਣੇ ਪਰਿਵਾਰ ਲਈ ਮਿਹਨਤ ਕਰ, ਦਿਲ ਨੂੰ ਆਪਣੇ ਬੱਚੇ ਲਈ ਦਿਨ ਰਾਤ ਮਿਹਨਤ ਕਰ। ਪਰ 2.5 ਘੰਟੇ ਗੁਰੂ ਨਾਨਕ ਮਹਾਰਾਜ ਰੋਜ਼ ਦਾ ਕੱਢਣੇ ਕੱਢਣੇ ਨੇ, ਚਾਹੇ ਵਾਹਿਗੁਰੂ ਵਾਹਿਗੁਰੂ ਕਹਿੰਦਾ, ਚਾਹੇ ਨਿਤਨੇਮ ਕਰਲਾ, ਚਾਹੇ ਸਤਨਾਮ ਵਾਹਿਗੁਰੂ ਕਰਲਾ, ਚਾਹੇ ਮੂਲ ਮੰਤਰ ਕਰਲਾ, 24 ਸਾਹਿਬ ਦੇ ਪਾਠ ਕਰਲਾ, ਜਪਜੀ ਸਾਹਿਬ ਦੇ ਪਾਠ ਕਰਲਾ, ਪਰ 2.5 ਘੰਟੇ ਦਾ ਦਸਵੰਧ ਤੇਰਾ ਬਣਦਾ ਹੈ ਆਪੋ ਸਤਨਾਮ ਵਾਹਿਗੁਰੂ। 2.5 ਘੰਟੇ ਦਾ ਦਸਵੰਧ ਤੇਰਾ ਬਣਦਾ ਹੈ। ਮਾਰਗ ਦੇ ਵੇਖ ਕਦੇ ਏਦਾਂ ਦੀ ਜ਼ਿੰਦਗੀ ਬਤੀਤ ਕਰਕੇ ਵੇਖੀ, ਜ਼ਿੰਦਗੀ ਦਾ ਆਨੰਦ ਕੁਝ ਹੋਰ ਹੋਏਗਾ ਆਪੋ ਸਤਨਾਮ ਵਾਹਿਗੁਰੂ। ਜ਼ਿੰਦਗੀ ਦਾ ਆਨੰਦ ਕੁਝ ਹੋਰ ਹੋਏਗਾ। ਤੇ ਸਾਧ ਸੰਗਤ ਮਾਫ਼ ਕਰਿਓ, ਗੁਰੂ ਵਾਰ ਦੇ ਅੱਜ ਕਲਯੁੱਗ ਦਾ ਸਮੈਂ, ਗੁਰੂ ਵਾਰ ਦੇ ਸਾਡੇ ਕੋਲ ਟਾਈਮ ਨਹੀਂ ਸੰਗਤ ਜੀ। ਗੁਰੂ ਵਾਰ ਦੇ ਸਾਡੇ ਕੋਲ ਜਿਹਨਾਂ ਨੂੰ ਚੰਗੀ ਸੋਝੀ ਹੈ, ਸ੍ਰੀ ਸਾਹਿਬ ਪਾਈ ਹੋਈ ਹੈ, ਮੁੱਖ ਤੇ ਦਾੜੇ ਨੇ, ਸਿਰ ਤੇ ਕੇਸ ਨੇ, ਦਸਤਾਰ ਹੈ, ਜਿਹਨਾਂ ਨੂੰ ਸੋਝੀ ਹੈ, ਉਹ ਵੀ ਨਹੀਂ ਆਉਂਦੇ ਆਖੋ ਸਤਨਾਮ ਵਾਹਿਗੁਰੂ। ਉਹ ਵੀ ਕਹਿੰਦੇ ਨੇ ਵੀ ਬਾਬੇ ਦਾ ਤਾਂ ਰੋਜ਼ ਦਾ ਹੀ ਕੰਮ ਆ, ਬਾਬੇ ਨੇ ਤਾਂ ਤਨਖਾਹ ਲੈਣੀ ਹੈ। ਤਨਖਾਹ ਵੀ ਪਤਾ ਨਹੀਂ ਕਿੰਨੀ ਕੁ ਦੇਣੀ ਹੁੰਦੀ ਹੈ, ਵੀ ਬਾਬੇ ਨੇ ਤਾਂ ਤਨਖਾਹ ਲੈਣੀ ਹੈ, ਬਾਬੇ ਦੀ ਤਾਂ ਡਿਊਟੀ ਹੈ। ਉਹ ਜੇ ਬਾਬੇ ਦੀ ਡਿਊਟੀ ਹੈ, ਤੇਰੀ ਵੀ ਡਿਊਟੀ ਹੈ। ਗੁਰੂ ਸਾਹਿਬ ਤੋਂ ਪੁੱਛੋ, ਮਾਰਗ ਦੇ ਕਾਰਜ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ। ਉਹ ਤੇਰੀ ਵੀ ਡਿਊਟੀ ਆ ਸਿੱਖਾ, ਸਿੱਖ ਤੂੰ ਤਾਂ ਆ ਜੇ ਰੋਜ਼ ਗੁਰੂ ਦੇ ਦਰ ਤੇ ਜਾ ਕੇ ਰੋਜ਼ ਮੱਥੇ ਟੇਕੇ, ਰੋਜ਼ ਦੀਦਾਰ ਕਰੇ ਗੁਰੂ ਦੇ ਆਪੋ ਸਤਨਾਮ ਵਾਹਿਗੁਰੂ। ਮਨ ਅੱਖ ਨਾ ਰਹਿਤ ਪਿਆਰੇ ਮੁਝਕੋ ਸਿੱਖ ਪਿਆਰਾ, ਨਾ ਹੀ ਰਹਿਤ ਵਿੱਚ ਰੋਜ਼ ਤੁਸੀਂ ਕਲਗੀਧਰ ਪਾਤਸ਼ਾਹ ਮਾਰ ਦੇ ਹੁਕਮਨਾਮੇ ਪੜ੍ਹੋ ਜੋ ਹਜ਼ੂਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰੇ। ਉਹ ਵਿੱਚ ਬਚਨ ਕਰਦੇ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ, ਕਹਿੰਦੇ ਸਿੱਖਾ ਤੂੰ ਤਾਂ ਸਿੱਖ ਹੈ ਰੋਜ਼ ਨਿਤਨੇਮ ਤੈਂ ਕਰਨਾ, ਗੁਰਬਾਣੀ ਦੇ ਦਰਸ਼ਨ ਕਰਨੇ ਆ, ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ ਵਿੱਚ ਜਾ ਕੇ ਤਾਂ ਮੱਥਾ ਟੇਕਣਾ ਹੈ ਆਪੋ ਸਤਨਾਮ ਵਾਹਿਗੁਰੂ। ਰੋਜ਼ ਅੰਮ੍ਰਿਤ ਵੇਲਾ ਤਾਂ ਸੰਭਾਲਣਾ ਹੈ ਗੁਰੂ ਦਾ ਬਚਨ ਸਿੱਖ ਲਈ। ਪਰ ਸਾਸ ਨੂੰ ਚੰਗੇ ਐ ਪੂਰੇ ਜਿਹਨਾਂ ਨੂੰ ਸੋਝੀ ਹੈ, ਉਹਨਾਂ ਨਾਲ ਗੱਲ ਕਰਕੇ ਵੇਖ ਲਓ, ਉਹਨਾਂ ਤੁਹਾਨੂੰ ਵਾਰੀ ਨਹੀਂ ਆਉਣੀ ਦੇਣੀ। ਜਦੋਂ ਗੁਰੂ ਦੀ ਗੱਲ ਆ ਜਾਂਦੀ ਹੈ, ਉੱਥੇ ਸਾਸ ਨੂੰ ਚੁੱਪ ਹੋਣਾ ਪੈ ਜਾਂਦਾ, ਪਤਾ ਵੀ ਅਸੀਂ ਕਿੰਨਾ ਕੁ ਗੁਰੂ ਕਰ ਜਾਂਦੇ ਹਾਂ, ਕਿੰਨਾ ਕੁ ਨਿਤਨੇਮ ਕਰਦੇ ਹਾਂ ਆਪਣੇ ਸਤਨਾਮ। ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚੋਂ ਹੁਕਮਨਾਮਾ ਸਾਹਿਬ ਵੀ ਲਏ ਗਏ। ਇਸ ਮੌਕੇ ਪੁੱਜੇ ਵੱਖ ਵੱਖ ਆਗੂ ਸਾਹਿਬਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬ੍ਰਹਮਲੀਨ ਮਹੰਤ ਸੁਲਿੰਦਰ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਥੈਂਕ ਯੂ।
ਉਹ ਜਿਹੜੇ ਪਰਮਾਤਮਾ ਨੇ ਉਹਨਾਂ ਨੂੰ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਉਹਨਾਂ ਨੂੰ ਪੂਰੇ ਕਰਦੇ ਹੋਏ ਗੁਰੂ ਨਾਨਕ ਦੇ ਚਰਨ ਜਾ ਰਿਹਾ ਸੀ। ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਬੈਠੀ ਸਮੂਹ ਸਤਸੰਗ ਜੀ ਹਰਿਮੰਦਰ ਸਾਹਿਬ ਫਤਿਹ ਆਪਣੇ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਚਪਨ ਵਿੱਚ ਇਕੱਠੇ ਰਹਿੰਦੇ ਸੀ, ਇਕੱਠੇ ਪੜ੍ਹਦੇ ਸੀ, ਕਿਉਂਕਿ ਜਦੋਂ ਸਾਡੇ ਟਾਈਮ ਸੀ ਸਰਕਾਰੀ ਸਕੂਲਾਂ ਦੇ ਵਿੱਚ ਸਾਰੇ ਪੜ੍ਹਦੇ ਹੁੰਦੇ ਸੀ, ਕੋਈ ਪੰਜਵੀਂ ਪੜ੍ਹ ਕੇ ਛੇਵੀਂ ਸੱਤਵੀਂ 'ਚ ਹਟ ਜਾਂਦਾ ਸੀ, ਕੋਈ ਦਸਵੀਂ ਕਰਕੇ ਹਟ ਜਾਂਦਾ ਸੀ, ਆਪਣੇ ਕਾਰੋਬਾਰ ਕੰਮਾਂ ਦੇ ਵਿੱਚ ਲੱਗ ਜਾਂਦੇ ਸੀ। ਇਹ ਸੁਰਿੰਦਰ ਜੀ ਸਿੰਧਾ ਵੀ ਆਪਣੇ ਕਾਰੋਬਾਰ ਦੇ ਵਿੱਚ ਲੱਗ ਗਿਆ ਅਤੇ ਨਾਲੇ ਆਪਣਾ ਪਰਿਵਾਰ ਪਾਲਿਆ, ਪਰਿਵਾਰ ਵੀ ਵੱਡਾ ਸੀ। ਉਹਨੇ ਆਪਣੇ ਖੇਤੀਬਾੜੀ ਦਾ ਕੰਮ ਨਾਲੇ ਸ਼ੁਰੂ ਕਰਤਾ, ਨਾਲ ਦੀ ਨਾਲ ਉਹ ਦ੍ਰਿਸ਼ਟੀ ਵੀ ਹੋਏ, ਬੱਚੇ ਵੀ ਨੇ। ਇਸ ਕਰਕੇ ਇਨਸਾਨ ਆ ਜਿਹੜਾ ਉਹਨੂੰ ਆਪਣੇ ਕੰਮ ਦੇ ਨਾਲ ਨਾਲ ਆਪਣਾ, ਜਿਵੇਂ ਬਾਬਾ ਜੀ ਨੇ ਬਹੁਤ ਵਿਸਤਾਰ ਨਾਲ ਦੱਸਿਆ ਵੀ ਮਹਾਰਾਜ ਦਾ ਨਿਤਨੇਮ ਵੀ ਜ਼ਰੂਰ ਕਰਨਾ ਚਾਹੀਦਾ। ਜਿਵੇਂ ਸਾਨੂੰ 24 ਘੰਟੇ ਦੇ ਵਿੱਚ 2.5 ਘੰਟੇ ਦਸਵਾਂ ਦਸੌਂਤ ਕੱਢਣ ਵਾਸਤੇ ਕਿਹਾ, ਉੱਥੇ ਸਾਨੂੰ 2.5 ਘੰਟੇ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਦਿੱਤਾ, ਕਿਉਂਕਿ ਪਹਿਲਾਂ ਬੱਚਾ ਪੜ੍ਹਦਾ, ਪੜ੍ਹਨ ਤੋਂ ਬਾਅਦ ਵਿਆਹ ਹੋ ਜਾਂਦਾ, ਵਿਆਹ ਤੋਂ ਬਾਅਦ ਹੋਰ ਰੁਝੇਵੇ ਵੱਧ ਜਾਂਦੇ ਨੇ, ਸਾਡੇ ਕੋਲ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਟਾਈਮ ਹੀ ਨਹੀਂ ਹੁੰਦਾ। ਉਹ ਭਾਗਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਸ਼ੁਰੂ ਤੋਂ ਗੁਰਸਿੱਖ ਬਣ ਜਾਂਦੇ ਨੇ ਜਾਂ ਗੁਰੂ ਨਾਲ ਜੁੜ ਜਾਂਦੇ ਨੇ ਜਾਂ ਗੁਰੂ ਘਰ ਨਾਲ ਜੁੜ ਜਾਂਦੇ ਨੇ, ਨਿਤਨੇਮ ਕਰਦੇ ਨੇ, ਉਹ ਵਾਹਿਗੁਰੂ ਦੀ ਬਖਸ਼ਿਸ਼ਾਂ ਨਾਲ ਭਾਗਾਂ ਨੇ। ਇਸ ਕਰਕੇ ਕਹਿੰਦਾ ਵਾਹਿਗੁਰੂ ਕਹਿੰਦਾ ਕਿ ਕਬੀਰਾ ਜਬ ਹਵ ਆਏ ਜਗਤ ਮੇ ਜਗ ਹਸਾ ਹਵ ਰੋਏ ਐਸੀ ਕਰਨੀ ਕਰ ਚੱਲੇ ਜਗ ਹਮ ਹਸੇ ਜਗ ਰੋਏ। ਕਿਉਂਕਿ ਜਦੋਂ ਬੱਚੇ ਦਾ ਜਨਮ ਹੁੰਦਾ, ਜਨਮ ਤੋਂ ਬਾਅਦ ਬੱਚਾ ਰੋਂਦਾ ਅਤੇ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹ ਉਸ ਟਾਈਮ ਖੁਸ਼ੀ ਮਨਾਉਂਦੇ ਨੇ, ਉਹਦਾ ਕਾਰਨ ਹੁੰਦਾ ਕਿਉਂਕਿ ਜਦੋਂ ਬੱਚੇ ਦਾ ਜਨਮ ਹੁੰਦਾ ਉਹਦੀ ਲੇਵਾ ਜਿਹੜੀ ਜਨਮ ਤੋਂ ਪਹਿਲਾਂ ਵਾਹਿਗੁਰੂ ਨਾਲ ਜੁੜੀ ਹੁੰਦੀ, ਜਨਮ ਤੋਂ ਬਾਅਦ ਜਦੋਂ ਸੰਸਾਰ 'ਤੇ ਆਉਂਦਾ ਉਹ ਇੱਕ ਵਾਰੀ ਪਹਿਲਾਂ ਰੋਂਦਾ। ਜਿਹੜੀਆਂ ਸਿਆਣੀਆਂ ਮਾਈਆਂ ਉਸ ਟਾਈਮ ਉੱਥੇ ਹੁੰਦੀਆਂ ਨੇ ਉਹ ਕਹਿੰਦੀਆਂ ਵੀ ਜੇ ਬੱਚਾ ਰੋਵੇ ਨਾ ਤਾਂ ਉਹਨੂੰ ਜਾਣ ਕੇ ਖਲਾ ਖਲਾ ਕੇ ਵੀ ਕਰਵਾਉਂਦੀਆਂ। ਇਸ ਕਰਕੇ ਉਹਦਾ ਕਾਰਨ ਹੁੰਦਾ ਕਿ ਜੋ ਉਹਦੀ ਲੇਵਾ ਜਿਹੜੀ ਪਹਿਲਾਂ ਵਾਹਿਗੁਰੂ ਨਾਲ ਲੱਗੀ ਉਹਨੂੰ ਸੰਸਾਰ 'ਤੇ ਭੇਜਿਆ, ਭੇਜਿਆ ਇਸ ਕਰਕੇ ਆ ਵੀ ਤੂੰ ਚੰਗੇ ਕੰਮ ਕਰ, ਚੰਗੇ ਕੰਮ ਕਰ, ਜਦ ਤਾਂ ਜਾਣਾ ਫਿਰ ਤੈਨੂੰ ਕਿਸੇ ਚੀਜ਼ ਦਾ ਚਿੰਤਾ ਨਾ ਹੋਵੇ, ਫਿਰ ਤੈਨੂੰ ਇਹ ਚਿੰਤਾ ਹੋਵੇ ਵੀ ਮੈਂ ਸੰਤੁਸ਼ਟ ਹਾਂ, ਮੈਂ ਜਿਹੜੇ ਕੰਮ ਕਰੇ ਨੇ ਵਧੀਆ ਕੀਤੇ ਨੇ, ਮੈਂ ਕੋਈ ਗਲਤ ਕੰਮ ਨਹੀਂ ਕਰਦਾ। ਜਿਹੜਾ ਗਲਤ ਕੰਮ ਕਰਦਾ ਉਹਨੂੰ ਪਛਤਾਵੇ ਹੁੰਦੇ ਨੇ ਬਾਅਦ 'ਚ ਵੀ ਲੋਕ ਯਾਦ ਕਰਨ ਵੀ ਫਲਾਨਾ ਬੰਦਾ ਅੱਜ ਸੰਸਾਰ ਤੋਂ ਗਿਆ, ਇਹ ਲੋਕਾਂ ਦੇ ਗਰੀਬਾਂ ਦੇ ਦੁੱਖ ਸੁੱਖ ਦੇ ਵਿੱਚ ਲੋੜਵੰਦਾਂ ਦੇ ਕੰਮ ਆਉਂਦਾ ਸੀ, ਅੱਜ ਇਹਦੇ ਜਾਣ ਦਾ ਦੁੱਖ ਹੋਇਆ। ਇਸ ਕਰਕੇ ਅਜਿਹੇ ਕੰਮ ਨੇ ਜਿਹੜੇ ਸੰਸਾਰ ਦੇ ਵਿੱਚ ਇਨਸਾਨ ਨੂੰ ਕਰਨੇ ਚਾਹੀਦੇ ਨੇ। ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਰੇ ਗੁਰੂਆਂ ਨੇ ਸਿੱਖਿਆ ਦਿੱਤੀ ਹੈ ਵੀ ਗਰੀਬਾਂ ਦੀ ਹਮਦਰਦ ਬਣੋ, ਲੋੜਵੰਦ ਦੀ ਸਹਾਇਤਾ ਕਰੋ। ਇਸ ਕਰਕੇ ਸਾਨੂੰ ਆ ਜਿਹੜਾ ਜੀਵਨ ਇਹੋ ਜਿਹਾ ਜੀਵਨ ਵਾਸਤੇ ਸਾਡੇ ਗੁਰੂਆਂ ਨੇ ਸਾਨੂੰ ਸੇਧ ਦਿੱਤੀ ਹੈ। ਮੈਂ ਇਸ ਪਰਿਵਾਰ ਨਾਲ ਦੁੱਖ ਦੇ ਵਿੱਚ ਸ੍ਰੀ ਗੁਰੂ ਨਾਨਕ ਇਹਨਾਂ ਸਮਾਗਮਾਂ ਮੌਕੇ
ਸਮੁੱਚੇ ਮਹਾਂਪੁਰਸ਼ਾਂ ਭੇਖ ਭਗਵਾਨ ਵੱਲੋਂ ਸੰਤ ਤਕਦੀਰਦਾਸ ਜੀ ਨੂੰ ਤਿਲਕ ਚਾਦੀ ਰਸਮ ਕਰਕੇ ਮਹੰਤੀ ਦਿੱਤੀ ਗਈ। ਮਹੰਤੀ ਮੌਕੇ ਮਹੰਤ ਬੀਰਮਦਾਸ ਜੀ ਸਿਹੋੜਾ, ਮਹੰਤ ਸੁਖਦੇਵ ਦਾਸ ਜੀ ਭੁੱਲ ਰਹੇੜੀ, ਮਹੰਤ ਬਲਵਿੰਦਰ ਦਾਸ ਜੀ ਮੋਲਾਪੁਰ, ਮਹੰਤ ਬਿੱਟੂ ਦਾਸ ਜੀ ਸੂਲਰ, ਮਹੰਤ ਪਰਮੇਸ਼ਵਰ ਦਾਸ ਜੀ ਪਟਿਆਲਾ, ਮਹੰਤ ਮਾਨ ਦਾਸ ਜੀ ਗੁਰਮਾ, ਮਹੰਤ ਬਲਦੇਵ ਦਾਸ ਜੀ ਸਲਾਣਾ, ਮਹੰਤ ਬਿੰਦਰ ਦਾਸ ਜੀ ਰਾਮਪੁਰ ਦੁਰਾਹਾ, ਮਹੰਤ ਬਲਵੰਤ ਦਾਸ ਜੀ ਲਸਾੜਾ, ਮਹੰਤ ਚੰਨਨ ਦਾਸ ਜੀ ਸਾਰੋਂ, ਮਹੰਤ ਰਾਮਦਾਸ ਜੀ ਪਟਿਆਲਾ ਸਮੇਤ ਅਨੇਕਾਂ ਮਹਾਂਪੁਰਸ਼ ਪੁੱਜੇ ਹੋਏ ਸਨ। ਅਖੀਰ ਸਾਡੇ ਰਿਪੋਰਟਰ ਗੌਰਵ ਗਗ ਸ਼ੇਪਰ ਨਾਲ ਗੱਲਬਾਤ ਕਰਦਿਆਂ ਮਹੰਤ ਬਲਵਿੰਦਰ ਦਾਸ ਜੀ ਮੁੱਲਾਪੁਰ ਵਾਲਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਏ ਮਹਾਂਪੁਰਸ਼ਾਂ ਦਾ, ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਮਹੰਤ ਤਕਦੀਰਦਾਸ ਜੀ ਵੱਲੋਂ ਧੰਨਵਾਦ ਵੀ ਕੀਤਾ। Thank you.
ਬੋਲ ਸਾਚੇ ਦਰਬਾਰ ਕੀ ਜੈ, ਸਮੂਹ ਭੇ ਭਗਵਾਨ ਕੀ ਜੈ, ਸਤ ਸਾਹਿਬ ਕੀ ਜੈ। ਅੱਜ ਮਿਤੀ 28/7/2024 ਨੂੰ ਡੇਰਾ ਗਰੀਬਦਾਸ ਸਮਾਧ ਬਾਬਾ ਜਗਰੂਪਦਾਸ ਪਿੰਡ ਲਾੜਪੁਰ ਤਹਿਸੀਲ ਅਮਲੋਹ ਫਤਿਹਗੜ੍ਹ ਸਾਹਿਬ ਵਿਖੇ, ਜੋ ਕਿ ਇਸ ਪਾਵਨ ਅਸਥਾਨ ਦੇ ਗਦੀਨਸ਼ੀਨ ਮੰਤ ਸੁਲਿੰਦਰ ਦਾਸ ਜੀ, ਚੇਲਾ ਸੁਰਜੀਤ ਦਾਸ, ਜਿਹੜੇ ਕਿ 12 ਤਰੀਕ ਨੂੰ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗੇ ਸਨ, ਉਹਨਾਂ ਦੀ ਸਤਾਰੀ ਦੇ ਭੋਗ ਦੇ ਸਮੇਂ 'ਤੇ ਅੱਜ ਸਾਰੇ ਹੀ ਖੜਦਰਸ਼ਨ ਸਾਧੂ ਸਮਾਜ ਅਤੇ ਸਾਰੇ ਹੀ ਪਦਵੰਤੇ ਸੱਜਣ ਮਿਲ ਕਰਕੇ ਉਹਦੇ ਇਸ ਪਾਵਨ ਸਤਾਰੀ ਦੇ ਸਮੇਂ 'ਤੇ ਅਤੇ ਪਾਵਨ ਬਾਣੀ ਦੇ ਭੋਗ ਪਾਏ ਗਏ। ਉਪਰੰਤ ਮਰਿਆਦਾ ਪੁਰਸ਼ੋਤਮ, ਜੋ ਸਾਧੂ ਸਮਾਜ ਦੀ ਮਰਿਆਦਾ ਹੈ, ਸਤ ਸਾਹਿਬ ਉਸ ਗਰੀਬ ਦਾ ਸੰਪਰਦਾ ਦੀ ਮਰਿਆਦਾ ਅਨੁਸਾਰ ਮਹੰਤ ਤਕਦੀਰ ਦਾਸ ਨੂੰ ਸਾਰੇ ਹੀ ਮਹਾਂਪੁਰਸ਼ਾਂ ਨੇ ਚਾਦਰ ਭੇਟ ਕਰਕੇ ਇਸ ਪਾਵਨ ਡੇਰੇ ਦੀ, ਡੇਰਾ ਬਾਬਾ ਜਗਰੂਪ ਦਾਸ ਦੀ ਜਿਹੜੀ ਮਹੰਤੀ ਹੈ, ਉਹ ਰਸਮ ਅਦਾ ਕਰਕੇ ਤਿਲਕ ਅਦਾ ਕੀਤਾ ਗਿਆ। ਅਤੇ ਬਹੁਤ ਸਾਰੇ ਸੰਤ ਮਹਾਂਪੁਰਸ਼ ਦੂਰੋਂ ਦੂਰੋਂ ਖੜਦਰਸ਼ਨ ਸਾਧੂ ਸਮਾਜ ਜਿਹੜੇ ਮਹਾਂਪੁਰਸ਼ ਨੇ ਅੱਜ ਇਸ ਪਾਵਨ ਅਸਥਾਨ ਇਸ ਨਗਰ ਦੇ ਵਿੱਚ ਆਏ ਨੇ, ਅਤੇ ਸਤਾਰੀ ਦੇ ਸਮੇਂ 'ਤੇ ਆ ਕੇ ਉਹਨਾਂ ਨੇ ਇਸ ਰਸਮ ਦੇ ਵਿੱਚ ਆਪਣਾ ਜੋ ਪਰੰਪਰਾ ਅਨੁਸਾਰ ਜੋ ਸੇਵਾਵਾਂ ਸਨ ਉਹ ਪ੍ਰਦਾਨ ਕੀਤੀਆਂ ਨੇ, ਉਹਨਾਂ ਰਸਮਾਂ ਨੂੰ ਅਦਾ ਕੀਤਾ ਵਾ। ਅਤੇ ਇਸ ਅਸਥਾਨ ਦੇ ਮਹੰਤ ਤਕਦੀਰ ਦਾਸ ਵੱਲੋਂ ਆਏ ਹੋਏ ਸੰਤ ਮਹਾਂਪੁਰਸ਼ਾਂ ਦਾ ਅਤੇ ਹੋਰ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਅਸੀਂ ਆਸ ਕਰਦੇ ਹਾਂ ਕਿ ਜਿਹੜੀ ਇਹ ਅੱਜ ਜ਼ਿੰਮੇਵਾਰੀ ਮਹੰਤ ਤਕਦੀਰ ਦਾਸ ਨੂੰ ਸਾਰੇ ਹੀ ਸਾਧੂ ਸਮਾਜ ਨੇ ਇਹ ਰਸਮ ਕਰਕੇ, ਇਹ ਚਾਦਰ ਭੇਟ ਕਰਕੇ ਅਦਾ ਕੀਤੀ ਹੈ, ਇਹ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਅਤੇ ਸਾਧੂ ਸਮਾਜ ਦੀਆਂ ਪਰੰਪਰਾ ਅਨੁਸਾਰ ਇਸ ਅਸਥਾਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਸਮਾਜ ਵਿੱਚ ਕਰਦੇ ਰਹਿਣਗੇ। ਅਸੀਂ ਇਹਨਾਂ ਨੂੰ ਬਹੁਤ ਬਹੁਤ ਸਾਰੇ ਹੀ ਸਾਧੂ ਸਮਾਜ ਵਧਾਈ ਦਿੰਦੇ ਹਾਂ। ਬੋਲ ਸਾਚੇ ਦਰਬਾਰ ਕੀ ਜੈ, ਸਾਹਿਬ ਕੀ ਜੈ। ਬੀਬੀਆਂ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਅਸਥਾਨ ਦੇ ਨਵੇਂ ਥਾਪੇ ਮਹੰਤ ਤਕਦੀਰ ਦਾਸ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਂਪੁਰਸ਼ਾਂ ਨੂੰ ਜੀਆਂ ਵੀ ਆਖਿਆ ਗਿਆ। ਡੇਰਾ ਸਮਾਧ ਬਾਬਾ ਜਗਰੂਪ ਦਾਸ ਜੀ ਪਿੰਡ ਲਾੜਪੁਰ ਤਹਿਸੀਲ ਮਲੋਹ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗੌਰਵਗੜ੍ਹ ਸ਼ੇਰਪੁਰ ਦੀ ਇਹ ਖਾਸ ਰਿਪੋਰਟ। Thank you.
ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170 36301 ਅਤੇ 98141 36301।